ਦੋਸਤੋ ਤੁਸੀਂ ਦੇਖ ਰਹੇ ਹੋ ਡੀ ਨਿਊਜ਼ ਜਿਵੇਂ ਤੁਹਾਨੂੰ ਪਤਾ ਹੈ ਵੀ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਚੁੱਕੀਆਂ ਸਾਰੇ ਪਿੰਡਾਂ ਨੇ ਆਪਣੇ ਆਪਣੇ ਸਰਪੰਚ ਤੇ ਪੰਚ ਚੁਣ ਲਏ ਨੇ ਅਸੀਂ ਇਸੇ ਤਹਿਤੀ ਪਿੰਡ ਕਰਮਗੜ੍ਹ ਛਤਰਾ ਜ਼ਿਲ੍ਹਾ ਬਠਿੰਡਾ ਪਹੁੰਚੇ ਆ ਜਿੱਥੇ ਬੀਬੀ ਪਰਮਿੰਦਰ ਕੌਰ ਸਰਪੰਚ ਚੁਣੇ ਗਏ ਨੇ ਉਹਨਾਂ ਦੇ ਪਤੀ ਦਾ ਨਾਮ ਹੈ ਜੋ ਇਕਬਾਲ ਸਿੰਘ ਹੈ ਅਸੀਂ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਪਤੀ ਤੇ ਹੋਰ ਨਗਰ ਨਿਵਾਸੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਰਪੰਚ ਬਣਨ ਦੀਆਂ ਬਹੁਤ ਬਹੁਤ ਵਧਾਈਆਂ ਜੀ ਤੇ ਨਵੇਂ ਸਾਲ ਦੀਆਂ ਵੀ ਥੈਂਕ ਯੂ ਸਰ ਬਹੁਤ ਬਹੁਤ ਮੁਬਾਰਕਾਂ ਹਨ ਤੁਹਾਨੂੰ ਵੀ ਜਿਵੇਂ ਤੁਸੀਂ ਹੁਣ ਚੋਣ ਜਿੱਤ ਚੁੱਕੇ ਹੋ ਜੀ ਕੀ ਕੀ ਕੰਮ ਹੈਗੇ ਆ ਜਿਹੜੇ ਤੁਸੀਂ ਆਪਦੀ ਸਰਪੰਚੀ ਦੌਰਾਨ ਪੰਚਾਂ ਦੇ ਸਹਿਯੋਗ ਨਾਲ ਕਰੋਗੇ ਅਸੀਂ ਪਿੰਡ ਦੀਆਂ ਨਾਲੀਆਂ ਦੀਆਂ ਸੜਕਾਂ ਸਾਫ਼ ਕਰਾਉਣਾ ਚਾਹੁੰਦੇ ਹਾਂ ਪਿੰਡ ਦਾ ਮਾਹੌਲ ਵਾਤਾਵਰਣ ਸਾੰਤ ਰੱਖਣਾ ਚਾਹੁੰਦੇ ਹਾਂ ਪਿੰਡ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਬੱਚਿਆਂ ਦੀ ਪੜ੍ਹਾਈ ਬਾਰੇ ਪੂਰਾ ਖਿਆਲ ਰੱਖਣਾ ਚਾਹੁੰਦੇ ਹਾਂ ਜੋ ਕਿ ਬੱਚੇ ਪੜ੍ਹ ਲਿਖ ਕੇ ਆਪਣੇ ਪਿੰਡ ਦਾ ਸੁਧਾਰ ਕਰ ਸਕਣ ਅਤੇ ਆਪਣੇ ਪੈਰਾਂ ਤੇ ਖੜੇ ਹੋ ਸਕਣ ਜਿਵੇਂ ਆਮ ਇਹ ਹੁੰਦਾ ਵੀ ਔਰਤਾਂ ਘਰ ਤੱਕ ਹੀ ਸੀਮਤ ਹੁੰਦੀਆਂ ਜੀ ਤੁਹਾਨੂੰ ਕਿਵੇਂ ਲੱਗਦਾ ਹੁਣ ਜਿਵੇਂ ਤੁਸੀਂ ਤੁਹਾਡੀ ਜ਼ਿੰਮੇਵਾਰੀ ਘਰ ਦੇ ਨਾਲ ਨਾਲ ਥੋੜੀ ਵਧੀ ਵੀ ਹੈ ਥੋੜੇ ਕੰਮ ਕਾਜ ਹੁੰਦੇ ਆ ਲੋਕਾਂ ਦਾ ਵੀ ਕੋਈ ਸਮੱਸਿਆ ਲੈ ਕੇ ਆ ਜਾਂਦਾ ਹੈ ਕਿਵੇਂ ਦੇਖਦੇ ਉਹਨੂੰ ਨਹੀਂ ਜੀ ਅਸੀਂ ਸੋਚ ਰਹੇ ਹਾਂ ਔਰਤ ਘਰ ਤੱਕ ਸੀਮਿਤ ਰਹੀ ਹੁਣ ਔਰਤ ਬਾਹਰ ਜਾ ਕੇ ਆਪਣੇ ਪਰਾਂ ਤੇ ਖੜੀ ਹੋ ਕੇ ਆਪਣਾ ਸਮੱਸਿਆ ਦਾ ਹਾਲਾਪ ਖੁਦ ਕਰ ਸਕਦੀ ਹੈ ਅੱਜ ਕੱਲ ਪੜ੍ਹ ਲਿਖੇ ਮਾਹੌਲ ਤੇ ਨਾਰੀ ਪੜ੍ਹ ਲਿਖੀ ਹੈ ਉਹ ਮਰਦ ਦੇ ਬਰਾਬਰ ਹੱਕਦਾਰ ਹੈ ਮਰਦ ਦੇ ਬਰਾਬਰ ਕੰਮ ਕਰ ਸਕਦੀ ਹੈ ਪੰਜ ਜੀ ਜਿਵੇਂ ਹੁਣ ਸਰਪੰਚ ਤੁਸੀਂ ਬਣ ਗਏ ਆਮ ਇਹ ਹੁੰਦਾ ਵੀ ਲੋਕ ਪਾਰਟੀਵਾਦੀ ਰੱਖਦੇ ਆ ਸਰਪੰਚ ਹੋਣਾ ਜਾਂਦਾ ਕਾਲੀ ਕਾਂਗਰਸੀ ਨੇ ਰੱਖਦਾ ਕਾਂਗਰਸ ਕਾਲੀ ਦਲ ਨਾਲ ਜਾਂ ਹੋਰ ਪਾਰਟੀਆਂ ਨਾਲ ਤੁਸੀਂ ਕਿਵੇਂ ਲੋਕਾਂ ਦੇ ਕੰਮ ਕਿ ਸੁਧਾਰਤ ਕਰੋਗੇ ਨਹੀਂ ਜੀ ਸਾਡਾ ਪਿੰਡ ਵਿੱਚ ਆਪਸ ਭਾਈਚਾਰਾ ਹੈ ਅਸੀਂ ਆਪਸ ਭਾਈਚਾਰੇ ਤਰ੍ਹਾਂ ਬਰ ਰਹਿ ਰਹੇ ਹਾਂ ਇਹ ਪਾਰਟੀ ਇਹ ਤਾਂ ਇਲੈਕਸ਼ਨ ਤਾਂ 5 ਸਾਲ ਬਾਅਦ ਫੇਰ ਆ ਜਾਣਾ ਪਰ ਅਸੀਂ ਆਪ ਦਾ ਭਾਈਚਾਰਾ ਦੀ ਸਾਜ ਉਸੇ ਤਰ੍ਹਾਂ ਹੀ ਕਾਇਮ ਰੱਖਣੀ ਹੈ ਅਸੀਂ ਸਾਰੇ ਪਿੰਡ ਦਾ ਕੰਮ ਇੱਕ ਤਰਫੋਂ ਹੀ ਕਰਨਾ ਇਹ ਨਿੱਕੀ ਪਾਰਟੀ ਦੇ ਮਤਭੇ ਦੇ ਮੁਤਾਬਕ ਕਰਨਾ ਹੈ ਜੀ ਠੀਕ ਹੈ ਅਕਵਾਲ ਸਿੰਘ ਜੀ ਜਿਵੇਂ ਇਹ ਹੁੰਦਾ ਵੀ ਪਿਛਲੀ ਪੰਚਾਇਤ ਨੇ ਤੁਹਾਨੂੰ ਕੀ ਲੱਗਦਾ ਕਹੇ ਜੀ ਉਹਨਾਂ ਦੀ ਕਾਰਗੁਜ਼ਾਰੀ ਰਹੀ ਕੀ ਕੀ ਕੰਮ ਆ ਜਿਹੜੇ ਤੁਹਾਨੂੰ ਲੱਗਦਾ ਵੀ ਉਹ ਰਹਿ ਗਏ ਅਸੀਂ ਕਰਾਂਗੇ ਪਿਛਲੀ ਪੰਚਾਇਤਰਵੀ ਜੋ ਕੰਮ ਕਰਿਆ ਸਹੀ ਕਰਿਆ ਜੋ ਰਹਿੰਦੇ ਆ ਉਹ ਅਸੀਂ ਦੱਸ ਦਿੰਨੇ ਆ ਜੀ ਇੱਕ ਤਾਂ ਪਹਿਲਾਂ ਸਾਡੇ ਪਿੰਡ ਵਿੱਚ ਵਾਟਰ ਬਾਕਸ ਪਾਣੀ ਦੀ ਬਹੁਤ ਸਮੱਸਿਆ ਗਈ ਉਹ ਖਤਮ ਹੋ ਚੁੱਕਾ ਨਵਾਂ ਬਣ ਜੇ ਜੀ ਤੇ ਦੂਜਾ ਨਹਿਰੀ ਪਾਣੀ ਦੀ ਬਹੁਤ ਘਾਟ ਹੈ ਤੇ ਡੰਗ ਡਾਕਟਰ ਤੇ ਪਟਵਾਰੀ ਹਾਤੇ ਚ ਸਾਡੇ ਰੰਡ ਵਿੱਚ ਦੋ ਵਾਰ ਆਇਆ ਕਰ। ਅਸੀਂ ਬੈਠਣ ਨੂੰ ਜਗਾ ਦੇਵਾਂਗੇ। ਜੀ। ਤੇ ਇੱਕ ਸਾਡੀ ਆਹਾ ਕੱਸੀ ਹਾਂ। ਕੱਸੀ ਦਾ ਲੈਵਲ ਕੀਤਾ ਬਹਿਮੰਦਵਾਨੇ ਵਾਲੇ ਦਾ। ਨੌਜਵਾਨਾਂ ਵਾਸਤੇ ਕੀ ਜਿਵੇਂ ਆਮ ਨੌਜਵਾਨਾਂ ਵਾਸਤੇ ਬਹੁਤ ਲੋਡ ਹੁੰਦੀ ਹੈ। ਨੌਜਵਾਨਾਂ ਨੂੰ ਖੇਡਾਂ ਦਾ ਸਮਾਨ ਤੇ ਇਹਨਾਂ ਨੂੰ ਅਸੀਂ ਨਸ਼ਾ ਤੋਂ ਦੂਰ ਕਰਨਾ ਚਾਹੁੰਦੇ ਹਾਂ। ਖੇਡਾਂ ਵੱਲ ਪੂਰਾ ਧਿਆਨ ਦਿੱਤਾ ਜਾਵੇ ਸਰਕਾਰ ਦਾ। ਤੇ ਇੱਕ ਸਾਡੇ ਪਿੰਡ ਦੀ ਸੜਕ ਬਣਾਈ ਜਾਵੇ ਮਲਕਸਰ ਗੁਰਦੁਆਰਾ ਕੋਟਪਈ ਨੂੰ ਜਾਂਦੀ ਹੈ ਜੀ ਤੇ ਹੁਣ ਪ੍ਰਬੰਧ ਕਿਵੇਂ ਕਰੋਗੇ ਜਿਵੇਂ ਆਮ ਇਹ ਹੁੰਦਾ ਵੀ ਲੋਕਾਂ 'ਚ ਹੁੰਦੀ ਹੈ ਸੋਚ ਵੀ ਜੇ ਕਾਂਗਰਸ ਦਾ ਸਰਪੰਚ ਬਣੂਗਾ ਫੇਰ ਹੀ ਗ੍ਰਾਂਟ ਦੇਊ ਸਰਕਾਰ ਤੁਸੀਂ ਕਿਵੇਂ ਕਰੋਗੇ ਜਿਵੇਂ ਆਜ਼ਾਦ ਤੁਸੀਂ ਜਿੱਤਿਓ ਚੋਣ ਤੁਹਾਡੇ ਪਤਨੀ ਅਸੀਂ ਤਾਂ ਜੀ ਜੋ ਗ੍ਰਾਂਟ ਮਿਲਣੀ ਚਾਹੀਦੀ ਹੈ ਸਾਨੂੰ ਤਾਂ ਅਸੀਂ ਸਰਕਾਰ ਦਾ ਪੂਰਾ ਸਹਿਯੋਗ ਦੇਵਾਂਗੇ ਤੇ ਸਾਨੂੰ ਗ੍ਰਾਂਟ ਮਿਲਣੀ ਚਾਹੀਦੀ ਹੈ। ਪਲਕਨ ਸਿੰਘ ਜੀ ਤੁਹਾਨੂੰ ਕੀ ਉਮੀਦਾਂ ਹੈਗੀਆਂ ਨਵੇਂ ਪੰਚਾਇਤ ਤੋਂ ਨਵੇਂ ਸਰਪੰਚ ਤੋਂ? ਹਾਂਜੀ ਸਾਨੂੰ ਉਮੀਦ ਹੈ ਇਹ ਆਈ ਸਾਡੇ ਜਿਹੜੇ ਨਹਿਰੀ ਖਾਲਾ ਮੰਨ ਲਓ ਉਹ ਬਹੁਤ ਹੀ ਪੁਰਾਣੇ ਆ 40 ਸਾਲ ਹੋ ਗਏ ਉਹਨਾਂ ਨੂੰ ਬਣਿਆ ਨੂੰ ਤੇ ਉਹਨਾਂ ਦੀ ਹਾਲਤ ਬਹੁਤ ਮਾੜੀ ਆ ਸੀ ਨਵੇਂ ਖਾਲ ਬਣਾਵਾਂਗੇ ਬਣਾਉਣ ਨੂੰ ਆਨੇ ਆ ਤੇ ਇੱਕ ਜਿਹੜੇ ਸਾਡੇ ਗੁਰਦੁਆਰੇ ਨੂੰ ਮੇਨ ਗਲੀ ਆ ਉਹ ਮੰਨ ਲਓ ਗਲੀ ਦੀ ਹਾਲਤ ਬਹੁਤ ਖਸਤਾ ਤੇ ਉਹਦੇ ਤੇ ਇੰਟਰਲੌਕ ਵਾਲੀ ਆ ਸੀ ਉਹ ਗਲੀ ਚਾਹਣੀ ਆ। ਉਹ ਇੰਟਰਲੌਕ ਵਾਲੀ ਗਲੀ ਬਣਾਈ ਜਾਵੇ ਤੇ ਸਟਰੀਟ ਲਾਈਟਾਂ ਲੱਗਣ ਇਹ ਅਸੀਂ ਮੰਗ ਰੱਖਦੇ ਆ ਆਪਣੇ ਕੀ ਪਿੰਡ ਚ ਕੀ ਲੱਗਦਾ ਤੁਹਾਨੂੰ ਸਭ ਤੋਂ ਸਮੱਸਿਆ ਜਿਹੜੀ ਮੰਨ ਲਓ ਖੇਤਾਂ ਦੀ ਛੱਡ ਕੇ ਪਿੰਡ ਚ ਕੀ ਸਮੱਸਿਆ ਲੱਗਦੀ ਸਭ ਤੋਂ ਵੱਡੀ ਪਿੰਡ ਦੀ ਸਾਡੇ ਦੀ ਪਾਣੀ ਦੀ ਸਮੱਸਿਆ ਬਾਰਡਰ ਬਾਕਸ ਦਾ ਸਾਡੇ ਬਹੁਤ ਹੀ ਮਾੜਾ ਮੰਨ ਲਓ ਪਾਣੀ ਦੀ ਬਹੁਤ ਵੱਡੀ ਸਮੱਸਿਆ ਤੇ ਪਾਣੀ ਦਾ ਜੋ ਟੂਟੀਆਂ ਦੇ ਕਨੈਕਸ਼ਨ ਉਹ ਪਾਣੀ ਜਾਂਦਾ ਨਹੀਂ ਪੂਰੇ ਪਿੰਡ ਦੇ ਵਿੱਚ ਤੇ ਟੈਂਕੀ ਬਣੀ ਨੂੰ ਟੈਂਕੀ ਛੋਟੀ ਆ ਤੇ ਕਨੈਕਸ਼ਨ ਸਾਡੇ ਜ਼ਿਆਦਾ ਹੋ ਗਏ ਪੀਕ ਮੰਨ ਲਓ ਜਿਹੜੀ ਇਹ ਪਾਣੀ ਸਮੱਸਿਆ ਕੱਲੀ ਟੈਂਕੀ ਨਾਲ ਹੱਲ ਹੋ ਜਾਣੀ ਹੈ ਕਿ ਹੋਰ ਵੀ ਹੈਗੀ ਇਹਦੇ ਵਿੱਚ ਪਾਣੀ ਪਾਣੀ ਸਮੱਸਿਆ ਕਰਕੇ ਨਹੀਂ ਪਾਣੀ ਦੀ ਇੱਕ ਤਾਂ ਸਾਡੇ ਨਵੀਂ ਟੈਂਕੀ ਬਣੇ ਵੱਡੀ ਤੇ ਇੱਕ ਮੰਨ ਲਓ ਤਲਾਬ ਬਣੇ ਤੇ ਇਹਦੇ ਨਾਲ ਸਾਰੀ ਸਮੱਸਿਆ ਹੱਲ ਹੋ ਜੂਗੀ ਪੰਜ ਜੀ ਜਿਵੇਂ ਅਖੀਰ ਚ ਆਪਣਾ ਹੈਗਾ ਸਮਾਂ ਤੇ ਕੀ ਹੈਗਾ ਅਪੀਲ ਲੋਕਾਂ ਨੂੰ ਪਿੰਡ ਦੇ ਵਸੇ ਨੂੰ ਅਸੀਂ ਕਹਿੰਦੇ ਜੀ ਪਿੰਡ ਵਾਸੀ ਬਿਨਾਂ ਮਤ ਪੇਤੋਂ ਸਾਡੇ ਸਿਰ ਮੱਥੇ ਘਰ ਵਿੱਚ ਆਉਣ ਤਾਂ ਅਸੀਂ ਹਰ ਇੱਕ ਦਾ سرپنچی ਦੇ ਸਹਿਯੋਗ ਨਾਲ ਕੰਮ ਕਰਾਂਗੇ ਅਤੇ ਗਰੀਬਾਂ ਦੀ ਪੂਰੀ ਸਹਾਇਤਾ ਕਰਾਂਗੇ ਜੋ ਆਟਾ ਦਾਲ ਸਕੀਮ ਦੇ کارڈ بنائے گئے ਉਹਨਾਂ ਨੂੰ ਜਾਰੀ ਰੱਖਾਂਗੇ ਵੀ ਵੱਧ ਤੋਂ ਵੱਧ ਗਰੀਬਾਂ ਦੀ ਪੈਨਸ਼ਨ ਹੈ ਜੋ ਮਨਜ਼ੂਰ ਕਰੀ ਜਾਵੇ ਅਤੇ ਗਰੀਬਾਂ ਦੀ ਹੈਲਪ ਕਰੀ ਜਾਵੇ ਇਹਨਾਂ بی بی ਪਰਮਿੰਦਰ ਕੌਰ ਜੋ ਕਰਮਗੜ ਸ਼ਤਰਾਂ ਤੋਂ ਨਵੇਂ ਸਰਪੰਚ ਚੁਣੇ ਗਏ ਨੇ ਉਹਨਾਂ ਦੇ ਪਤੀ ਤੇ ਹੋਰ ਸਮਤ ਕਾਨਾ ਵੀ ਗੱਲਬਾਤ ਕੀਤੀ ਹੈ ਦਲਵਾਗ जख्मी ਦੇ ਨਾਲ ਬਠਿੰਡਾ ਤੋਂ ਸੁਰਿੰਦਰਪਾਲ ਸਿੰਘ ਦੀ ਰਿਪੋਰਟ